ਅੰਮ੍ਰਿਤਸਰ ਜੰਡਿਆਲਾ ਗੁਰੂ ਦੇ ਵਿੱਚ ਕਿਸਾਨਾਂ ਦਾ ਜਿਹੜਾ ਵਿਰੋਧ ਹੈ ਆਰਡੀਨੇನ್ಸ್ ਨੂੰ ਰੱਦ ਕਰਵਾਉਣ ਵਾਸਤੇ ਇਦਾਂ ਹੀ ਚੱਲਦਾ ਆ ਰਿਹਾ ਇੱਕ ਪਾਸੇ ਜਿਹੜਾ ਕਿ 60 ਦਿਨ ਹੋ ਗਏ ਕਿਸਾਨਾਂ ਨੂੰ ਟਰੈਕ ਛੱਡ ਕੇ ਖੁੱਲ੍ਹੀਆਂ ਮੈਦਾਨਾਂ ਦੇ ਵਿੱਚ ਬੈਠੇ ਗਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਚਾਲੂ ਕੀਤੀਆਂ ਜਾਣ ਪਰ ਆਰਡੀਨੇನ್ಸ್ ਦੀ ਜੇ ਗੱਲ ਕੀਤੀ ਜਾਵੇ ਕੇਂਦਰ ਸਰਕਾਰ ਆਪਣੀ ਅੜੀ ਤੋਂ ਹੀ ਹੈ ਪਰ ਜੇ ਗੱਲ ਕੀਤੀ ਜਾਵੇ 60 ਦਿਨਾਂ ਤੋਂ ਜਿਹੜਾ ਲੰਗਰ ਹੈ ਚੱਲਦਾ ਨਜ਼ਰ ਆ ਰਿਹਾ ਸੰਤ ਬਾਬਾ ਪੂਰੀ ਵਾਲਿਆਂ ਦੇ ਵਲੋਂ ਜੇ ਲੰਗਰ ਕੀਤਾ ਜਾ ਰਿਹਾ ਅਤੇ ਇੱਥੇ ਕਿਸਾਨਾਂ ਨੂੰ ਲੰਗਰ ਖੁੱਲ੍ਹੀ ਤਰ੍ਹਾਂ ਦੇ ਮਿਲ ਰਿਹਾ ਅਤੇ ਬੜਾ ਸਬਸਤਰਾ ਮਿਲ ਰਿਹਾ ਪਰ ਕਿਸਾਨਾਂ ਦੇ ਪੂਰੇ ਹੌਸਲੇ ਬੁਲੰਦ ਨੇ ਕਿਉਂਕਿ ਹੌਸਲੇ ਤਾਂ ਬੁਲੰਦ ਨੇ ਕਿਉਂਕਿ ਲੰਗਰ ਚਾਹ ਪਾਣੀ ਹਰ ਇੱਕ ਇੱਥੇ ਚੀਜ਼ ਪ੍ਰੈਕਟ ਕੀਤੀ ਜਾ ਰਹੀ ਹੈ ਤੁਸੀਂ ਵੇਖ ਸਕਦੇ ਹੋ ਵੱਡੇ ਵੱਡੇ ਪਤੀਲੇ ਜਿਹੜੇ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਚਾਹਾਂ ਬਣ ਰਹੀਆਂ ਸਵੇਰੇ ਚਾਹਾਂ ਨੇ ਦਾਲਾਂ ਸਾਰਾ ਕੁਝ ਹੀ ਮਿਲ ਰਿਹਾ ਤੇ ਇੱਕ ਜੇ ਜੇ ਗੱਲ ਕੀਤੀ ਜਾਵੇ ਲੰਗਰ ਦੀ ਤੇ ਲੰਗਰ 24 ਘੰਟੇ ਜਿਹੜਾ ਇੱਥੇ ਚੱਲਦਾ ਗੱਲਬਾਤ ਵੀ ਉੱਥੋਂ ਕਰਾਂਗੇ ਕਿ 60 ਦਿਨ ਹੋ ਗਏ ਲੰਗਰ ਨੂੰ ਚਲਦੇ ਹੋਏ ਤੇ ਉਹਨਾਂ ਦਾ ਕੀ ਕਹਿਣਾ ਹੈ ਕਿਉਂਕਿ ਕਿਸਾਨ ਦਾ ਕਹਿਣਾ ਹੈ ਕਿ ਕਿਸਾਨਾਂ ਵਾਸਤੇ ਕਾਫੀ ਵੱਡੇ ਪੱਧਰ ਦੇ ਉੱਤੇ ਇਹ ਲੰਗਰ ਜਿਹੜਾ ਹੈਗੇ ਚੱਲਦਾ ਨਜ਼ਰ ਆ ਰਹੇ ਨੇ ਕਿਉਂਕਿ ਕਾਫੀ ਦਿਨ ਹੋ ਗਏ ਨੇ ਗੱਲਬਾਤ ਵੀ ਕਰਾਂਗੇ ਹਜੇ ਬਾਬਾ ਜੀ ਕੀ ਨਾਮ ਹੈ ਬਾਬਾ ਕਾਰਾ ਸਿੰਘ ਜੀ ਬਾਬਾ ਜੀ ਕਿੰਨਾ ਵੇਲੇ ਲੰਗਰ ਚੱਲ ਰਿਹਾ ਪੂਰੇ ਵਾਰ ਸੰਤਾਂ ਤੋਂ ਕਿੰਨੇ ਦਿਨ ਹੋ ਗਏ ਆ ਲੰਗਰ ਚਲਦੇ ਨੇ ਦੋ ਮਹੀਨੇ ਹੋ ਗਏ ਆ ਕੀ ਕਹਿ ਸਕਦਾ ਕਿਸਾਨਾਂ ਦੇ ਨਾਲ ਤੁਸੀਂ ਖੜੇ ਹੋ ਕਿ 60 ਦਿਨ ਤੋਂ ਉੱਪਰ ਜਿਹੜੇ ਹੋ ਗਏ ਨੇ ਦੋ ਮਹੀਨੇ ਜੇ ਗੱਲ ਕੀਤੀ ਜਾਵੇ ਕਿ ਲੰਗਰ ਚੱਲ ਰਿਹਾ ਤੇ ਕਿੰਨੇ ਪ੍ਰਕਾਰ ਦੇ ਜਿਹੜੇ ਲੰਗਰ ਇੱਥੇ ਲੱਗਦੇ ਇਹ 36 ਪ੍ਰਕਾਰ ਦੇ ਲੰਗਰ ਚੱਲਦਾ ਵਗੈਰਾ ਹਾਂਜੀ ਫੁੱਲ ਬੜੀਆਂ ਪਕੌੜੇ ਵੀ ਕੱਲ ਪਕੌੜੇ ਚੱਲੇ ਸੀ ਮਟਰ ਵੀ ਜਲੇਬ ਵੀ ਲੱਡੂ ਵੀ ਜੋ ਵੀ ਪ੍ਰਸ਼ਾਦਾ ਵੀ ਚੱਲਦਾ ਇਹ ਲੱਗਦਾ ਕਿ ਜਿੰਚਰ ਆਰਡੀਨੈਂਸ ਰੱਦ ਨਹੀਂ ਹੁੰਦੇ ਲੰਗਰਪੁਰੀ ਵਾਲਿਆਂ ਦਾ ਇਦਾਂ ਚੱਲਦੇ ਰਹਿਣ ਹਾਂਜੀ ਹਾਂਜੀ ਇਦਾਂ ਚੱਲਦੇ ਰਹਿਣਗੇ ਜੀ ਦੋ ਸਾਲ ਤਿੰਨ ਸਾਲ ਚਾਰ ਸਾਲ ਜਿੰਨੇ ਜੇ ਲੱਗ ਜਾਣੇ ਸੇਵਾ ਪੂਰੀ ਤਰ੍ਹਾਂ ਨਿਭਾਈ ਜਾ ਰਹੀ ਆ ਪਰ ਜੇ ਗੱਲ ਕੀਤੀ ਜਾਵੇ ਕਿ ਮੌਸਮ ਜਿਹੜਾ ਚੇਂਜ ਹੁੰਦਾ ਨਜ਼ਰ ਆ ਰਿਹਾ ਹਾਂਜੀ ਮੌਸਮ ਨਾਲ ਕੱਪੜੇ ਗਰਮ ਪਾਈ ਜਾਂਦੇ ਕੋਈ ਫਰਕ ਨਹੀਂ ਪੈਂਦਾ ਇਹਦਾ ਮੌਸਮ ਨਾਲ ਉਹ ਕੱਪੜੇ ਗਰਮ ਪਾ ਕੇ ਆਉਂਦੇ ਸਾਰੇ ਕੰਬਲ ਰਜਾਈਆਂ ਦਾ ਇੰਤਜ਼ਾਮ ਸਾਰਾ ਹੈਗਾ ਇੱਥੇ ਹਾਂਜੀ ਹੋਰ ਬਾਦਲਾਂ ਦਾ ਬਹੁਤ ਹੈ ਸੇਕ ਤੇ ਅੱਗ ਰਾਤ ਨੂੰ ਚਾਵਾਂ ਰਾਲ ਚੱਲਦ ਕਰ ਰਹੀਆਂ ਇਸ ਤਰ੍ਹਾਂ ਨਿਰੰਤਰ ਚੱਲਦਾਦਾ 24 ਘੰਟੇ ਕਹਿ ਸਕਦੇ ਆ ਕਿ ਸੰਤਾਂ ਦਾ ਪੂਰਾ ਸੰਯੋਗ ਹੈਗਾ ਕਿਸਾਨਾਂ ਨੂੰ ਕਿਉਂਕਿ ਉਹਨਾਂ ਨੂੰ ਪਤਾ ਕਿ ਇਹ ਜਿਹੜੇ ਆ ਕਾਲਾ ਕਾਨੂੰਨ ਕਿਸਾਨਾਂ ਨੂੰ ਖਤਮ ਕਰ ਸਕਦੇ ਆ ਹਾਂਜੀ ਇਹ ਸਾਰਿਆਂ ਨੂੰ ਖਰਨਗੇ ਕਿਸਾਨਾਂ ਨੂੰ ਨਹੀਂ ਸੰਤਾਂ ਦੇ ਵੀ ਮਾਰੂ ਆ ਸੰਤਾਂ ਕਿਸਾਨਾਂ ਨਾਲ ਹੀ ਸੰਤੇ ਤੇ ਸੰਤ ਇਕੱਲੇ ਕੀ ਕਰਨਗੇ ਸੰਤਾਂ ਨਾਲ ਹੀ ਸੰਤੇ ਲੰਗਰ ਇੱਦਾਂ ਚੱਲਦੇ ਰਹਿਣਗੇ ਇਦਾਂ ਚੱਲਦੇ ਰਹਿਣਗੇ ਨਿਰੰਤਰ ਭਾਜਪਾ ਦੇ ਆਗੂ ਕਹਿੰਦੇ ਕਿ ਜਿਹੜੇ 3 ਆਰਡੀਨੈਂਸ ਹੈ ਕਿਸਾਨਾਂ ਦੇ ਹੱਕ ਚ ਹੈਗੇ ਨੇ ਕਿਸਾਨ ਰਾਜਨੀਤੀ ਖੇਡ ਰਹੇ ਨੇ ਸਾਡੇ ਦੇ ਨਾਲ ਕਿਉਂਕਿ ਇਹ ਉਹਨਾਂ ਦੇ ਹੱਕ ਦੇ ਵਿੱਚ ਆ ਗਏ ਨੇ ਕਿਉਂਕਿ ਇਹਨਾਂ ਵਾਸਤੇ ਅਸੀਂ ਆਰਡੀਨੈਂਸ ਜਿਹੜੇ ਪਾਸ ਕੀਤੇ ਗਏ ਜੀ ਕਿਸਾਨ ਐਡੇ ਕੋਈ ਹੁਣ ਅੱਗੇ ਨਾ ਪੜ ਨਹੀਂਗੇ ਪੜੇ ਲਿਖੇ ਆ ਸਾਰਾ ਸੂਝ-ਬੂਝ ਆਂਦੇ ਆ ਕਿਸਾਨ ਜੇ ਕਿਸਾਨਾਂ ਦੇ ਹੱਕ ਜੋ ਹੋਣ ਇਹਨਾਂ ਨੂੰ ਆਰਡੀਨੈਂਸ ਕਿਹੜੇ ਪੇਸ਼ ਕਰਨੇ ਚਾਹੀਦੇ ਸੀ ਇਹਨਾਂ ਨੂੰ ਆਰਡੀਨੈਂਸ ਪੇਸ਼ ਕਰਨੀ ਚਾਹੁੰਦੇ ਕਿਸਾਨਾਂ ਦਾ ਹਸਪਤਾਲ ਵੱਡੇ-ਵੱਡੇ ਖੋਲਦੇ ਉਹਨਾਂ ਕਿਸਾਨਾਂ ਦਾ ਇਲਾਜ ਫ੍ਰੀ ਹੁੰਦਾ ਕਿਸਾਨਾਂ ਦੇ ਬੱਚਿਆਂ ਵਾਸਤੇ ਪੜ੍ਹਾਈ ਫ੍ਰੀ ਹੁੰਦੀ ਉਹ ਸਕੂਲ ਖੋਲ ਦੇ ਇਹ ਆਰਡੀਨਸ ਅਹੀਂ ਮੰਨਦੇ ਤੇ ਉਹ ਕਰਦੇ ਇਹਦੇ ਆਰ ਕਿਸਾਨਾਂ ਨੂੰ ਬਰਬਾਦ ਕਰਨ ਦਾ ਇਹ ਬਿਲਕੁਲ ਹੀ ਇਹ ਇਹ ਕਾਰਬੋਰੇਟ ਕਰਾਣੇ ਨਾ ਰਲੇ ਹੋਏ ਆ ਇਹਨਾਂ ਵਾਸਤੇ ਸਹੀ ਆ ਕਿਸਾਨ ਦੀ ਰੋਜੀ ਰੋਟੀ ਖੋ ਰੇ ਨੇ ਇਹ ਜਿਹੜੇ ਆਰਡੀਨਸ ਆ ਜੇ ਗੱਲ ਕੀਤੀ ਜਾਵੇ ਕੈਪਟਨ ਸਾਹਿਬ ਕਿਸਾਨਾਂ ਦੇ ਵਿੱਚ ਆਣ ਕੇ ਵਿਚਾਰੇ ਵੀ ਰਹੇ ਆ ਪਰ ਉਹ ਕਹਿੰਦੇ ਕਿ ਅਸੀਂ ਕਿਸਾਨਾਂ ਦੇ ਹੱਕ 'ਚ ਖੜੇ ਆ ਜੇ ਕਿਸਾਨਾਂ ਦੇ ਹੱਕ 'ਚ ਖੜੇਵੇ 2017 ਦੇ ਜਦੋਂ ਐਕਟ ਪਾਸ ਹੋਇਆ ਉਦੋਂ ਕੋਈ ਇਹਨਾਂ ਨੇ ਸਾਈਨ ਕੀਤਾ ਜੀ ਉਹ ਕਿਸਾਨਾਂ ਨਾਲ ਨਹੀਂ ਗਏ ਐਡਾ ਵਿਚਰ ਰਹੇ ਕਿਸਾਨ ਜਿਹੜੇ ਆਪ ਦੀ ਭਾਈ ਲਾਲੋ ਵਾਲੀ ਜਿਹੜੀ ਰੋਜੀ ਰੋਟੀ ਦੇ ਖਾਂਡਾ ਇਹ ਮਿਹਨਤੀ ਆ ਉਹ ਆ ਬੈਠੇ ਆ ਛੜਕਾਂ ਦੇ ਇਹਨਾਂ ਕੋਲ ਤੇ ਕਿਸਾਨ ਕੈਪਟਨ ਉਹਦੇ ਆਪਦੇ ਮੰਤਰੀਆਂ ਨੂੰ ਮਿਲਣ ਦਾ ਟਾਈਮ ਨਹੀਂ ਹੈਗਾ ਤੇ ਕਿਸਾਨਾਂ ਨੂੰ ਕਿੱਥੇ ਮਿਲਣ ਦਾ ਟਾਈਮ ਹੈਗਾ ਉਹਨਾਂ ਕੋਲ ਕਹਿੰਦਾ ਕਿ 2022 ਦੀ ਇਲੈਕਸ਼ਨ ਨੂੰ ਲੈ ਕੇ ਤਾਂ ਕਿਸਾਨਾਂ ਨੂੰ ਮਿਲ ਰਹੇ ਬਾਰ-ਬਾਰ ਹਾਂ ਕਿਸਾਨਾਂ ਨੂੰ ਉਹ ਆਪਦੇ ਜਿਹੜੇ ਹੈਗੇ ਉਹਨਾਂ ਦੇ ਏਜੰਟ ਉਹਨਾਂ ਨੂੰ ਮਿਲ ਰਹੇ ਆ ਬਾਕੀ ਉਹਨਾਂ ਦੀ ਐਰਕੀ ਜਿਹੜੀ ਇਹ ਰਾਜਨੀਤੀ ਚੰਗੀ ਦਾ ਨਹੀਂ ਚੱਲਣ ਦੇਾਂਗੇ ਜਿਹੜੀ ਮੀਟਿੰਗ ਹੋਈ ਜਥੇਬੰਦੀ ਦੀ ਕਿ ਮਸੈਂਜਰ ਗੱਡੀਆਂ ਤੇ ਮਾਲ ਗੱਡੀਆਂ ਚਲਾਈਆਂ ਜਾਂ ਇਹ ਕੈਪਟਨ ਸਾਹਿਬ ਦੇ ਨਾਲ ਉਹਨੂੰ ਕਿੱਦਾਂ ਸਹੀ ਤੁਸੀਂ ਸਮਝ ਰਹੇ ਅਸੀਂ ਉਹ ਸਾਡੇ ਜਿਹੜੇ ਮਾਲ ਗੱਡੀਆਂ Thi ਗਿਆ ਸਾਨੂੰ ਕੋਲਾ ਦੇ ਨਹੀਂ ਜੂਰੀਆ ਦੇ ਨਾ ਉਹ ਜਦੋਂ ਚੱਲ ਗਈਆਂ ਅਸੀਂ ਪੈਸੇਂਜਰ ਗੱਡੀਆਂ ਦਾ ਫੈਸਲਾ ਸਾਡੇ ਆਗੂ ਜਿਹਦੇ ਫੈਸਲਾ ਕਰਨਗੇ ਉਹ ਪੈਸੇਂਜਰ ਗੱਡੀਆਂ ਵੇ ਮਾਹੌਲ ਤੇ ਬਣਾਉਣਾ ਹੋਗਾ ਜੇ ਕਰਨਾ ਇਹ ਲੱਗਦਾ ਕਿ ਮਾਲ ਗੱਡੀਆਂ ਚਲਾ ਕੇ ਕੋਲਾ ਅਤੇ ਯੂਰੀਆ ਭੇਜਾਏ ਵੇ ਜਿਹੜਾ ਕਿਸਾਨ ਨੂੰ ਰਾਹਤ ਮਿਲ ਸਕੇ ਥੋੜੀ ਹਾਂ ਕਿਸਾਨ ਨੂੰ ਰਾਹਤ ਮਿਲੇ ਜਿਹੜਾ ਕਿਸਾਨ ਨੂੰ ਰਾਹਤ ਆਲੀ ਗੱਲ ਕੋਈ ਵੀ ਹੋਵੇ ਤੇ ਕਿਸਾਨ ਉਹਦੇ ਤੇ ਮਾੜਾ ਮੋੜ ਕੋ ਵਿਚਾਰ ਕਰੇ ਅਜੇ ਤਾਂ ਕਿਸਾਨ ਦਾ ਬਸ ਗਲਾ ਘੁੱਟਣ ਦੇ ਜਿਹੜਾ 26 27 ਨੂੰ ਜਿਹੜਾ ਦਿੱਲੀ ਦੇ ਵਿੱਚ ਕੀਤਾ ਜਾ ਰਿਹਾ ਉਹਦੀ ਕਿਹਦੇ ਤਿਆਰੀ ਕੀਤੀ ਗਈ ਉਹਦੀ ਪੂਰੀ ਤਿਆਰੀ ਹੈ ਜੀ ਸਾਡੀ ਸਾਡੇ ਹਜ਼ਾਰਾਂ ਜਿਹੜੇ ਅੰਮ੍ਰਿਤਸਰ ਤੇ ਤਰਨਤਾਰਨ ਦੇ ਜਿਹੜੇ ਦੋ ਉਹਦੇ ਵਿੱਚ ਬੜਾ ਜਥਾ ਆਹੀ ਉੱਥੇ ਭੇਜ ਰਹੇ ਆ ਕਿਸਾਨਾਂ ਦੇ ਵਿੱਚ ਕਹਣਾ ਕਿ ਇਹ ਜਿਹੜੇ ਆਰਡੀਨੈਂਸ ਇਹਨੂੰ ਰੱਦ ਕਰਵਾ ਕੇ ਛਵਾਂਗੇ ਤੇ 26 27 ਨੂੰ ਜਿਹੜਾ ਵਿਰੋਧ ਵੱਡਾ ਦਿੱਲੀ ਦਾ ਕਰਾਂ ਜਾਵਾਂ ਕਿਉਂਕਿ ਇਹ ਕਿਸਾਨਾਂ ਦਾ ਕਹਿਣਾ ਕਿ ਇਹ ਜਿਹੜਾ ਬਿਆਨਬਾਜ਼ੀ ਜਿਹੜੀ ਪਾਜਵਾ ਕਰੀ ਆ ਕਿ ਇੱਕ ਕਿਸਾਨ ਨਹੀਂ ਇਹ ਵਿਚੋਲੇ ਆ ਇਹ ਸਦਲੀ ਜਾ ਕੇ ਹੀ ਉਸ ਨੂੰ ਦੱਸਾਂਗੇ ਕਿ ਵਿਚੋਲੇ ਆ ਜਾਂ ਕਿਸਾਨ ਆ ਕਿਉਂਕਿ ਪਾਜਵਾ ਦੇ ਵੱਲੋਂ ਬਾਰ-ਬਾਰ ਇਹੀ ਗੱਲ ਕਹੀ ਜਾ ਰਹੀ ਆ ਕਿ ਇਹ ਕਿਸਾਨ ਨਹੀਂ ਹੈਗੇ ਕਿਉਂਕਿ ਇਹ ਵਿਚੋਲੇ ਆ ਪਰ ਇਹ ਕਿਸਾਨਾਂ ਦਾ ਇਹ ਕਹਿਣਾ ਕਿ ਵਿਚੋਲੇ ਉਹ ਨੇ ਜਿਹੜੇ ਵੱਡੇ ਘਰਾਣੇ ਵਾਲੇ ਹੈਗੇ ਨੇ ਅਡਾਨੀ ਬਾਨੀ ਵਰਗੇ ਤੇ ਉਹਦੀ ਬੋਲੀ ਬੋਲ ਰਿਹਾ ਮੋਦੀ ਤੇ ਇਹ ਗੱਲ ਸਾਰੀ ਦੇਵੀ ਦਾਸ ਪੁਰੇ ਦੀ 60ਵਾਂ ਦਿਨ ਹੋ ਗਿਆ ਰੇਲਵੇ ਟਰੈਕ ਖਾਲੀ ਛੱਡ ਕੇ ਖੁਲੀਦਰ ਜੀ ਸਾਡੇ ਵਿੱਚ ਬੈਠੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਆਰਡੀਨੈਂਸ ਨੂੰ ਰੱਦ ਕਰਵਾਉਣ ਵਾਸਤੇ ਵੱਡਾ ਚੰਗਰਚ ਹੌਸਲੇ ਬੁਲੰਦ ਨੇ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਮਜਿੰਦਰ ਸਿੰਘ ਲਿਵਿੰਗ ਇੰਡੀਆ ਨੂੰ ਜਿੰਡਿਆਲਾ ਗੁਰੂ